ਭਾਰਤੀ ਮਹਾਰਾਜੇ ਆਪਣੇ ਸ਼ਾਹੀ ਠਾਠ ਅਤੇ ਵੱਖਰੇ ਅੰਦਾਜ਼ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਅਲੱਗ ਅਲੱਗ ਰਿਆਸਤਾਂ ਦੇ ਮਹਾਰਾਜਿਆਂ ਨੂੰ ਸੈਂਕੜੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਸ਼ੌਂਕਾਂ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜਦੋਂ ਸ਼ੌਂਕ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਨਾਂ ਜੋ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਉਹ ਨਾਂ ਹੈ ਪਟਿਆਲਾ ਰਿਆਸਤ ਦੇ ਰਾਜੇ ਮਹਾਰਾਜਾ ਭੁਪਿੰਦਰ ਸਿੰਘ ਦਾ। ਨਿੱਜੀ ਹਵਾਈ ਜਹਾਜ਼ ਲੈਣ ਵਾਲੇ ਮਹਾਰਾਜਾ ਭੁਪਿੰਦਰ ਸਿੰਘ ਭਾਰਤ ਦੇ ਪਹਿਲੇ ਵਿਅਕਤੀ ਸੀ ਜੋ ਉਹਨਾਂ ਇੰਗਲੈਂਡ ਤੋਂ ਖਰੀਦਿਆ ਸੀ ਅਤੇ ਇਸੇ ਲਈ ਪਟਿਆਲਾ ਏਵੀਏਸ਼ਨ ਕਲੱਬ ਦੀ ਸਥਾਪਨਾ ਵੀ ਕੀਤੀ ਗਈ ਸੀ। 1926 ਵਿੱਚ ਮਹਾਰਾਜਾ ਦੁਆਰਾ ਪੈਰਿਸ ਦੇ ਮਸ਼ਹੂਰ ਬ੍ਰਾਂਡ ਕਾਰਟੇਅਰ ਤੋਂ ਬਣਵਾਇਆ ਗਿਆ 250 ਕਰੋੜ ਦਾ ਸ਼ਾਹੀ ਹਾਰ ਅੱਜ ਵੀ ਸਭ ਤੋਂ ਮਹਿੰਗੇ ਗਹਿਣੇ ਵਜੋਂ ਜਾਣਿਆ ਜਾਂਦਾ ਹੈ, ਜਿਸ ਲਈ ਕੀਮਤੀ ਰਤਨਾਂ ਨਾਲ ਭਰਿਆ ਇੱਕ ਵੱਡਾ ਸੰਦੂਕ ਅਤੇ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹੀਰਾ ਪੈਰਿਸ ਭੇਜਿਆ ਗਿਆ ਸੀ। ਮਹਾਰਾਜਾ ਭੁਪਿੰਦਰ ਸਿੰਘ ਬਾਰੇ ਇੱਕ ਚਰਚਿਤ ਮਾਮਲਾ ਹੈ ਰੋਲਸ ਰੋਇਸ ਕਾਰਾਂ ਦਾ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਮਹਾਰਾਜਾ ਭੁਪਿੰਦਰ ਸਿੰਘ ਰੋਲਸ ਰੋਇਸ ਕੰਪਨੀ ਵਿੱਚ ਗਏ ਅਤੇ ਇੱਕ ਆਲੀਸ਼ਾਨ ਕਾਰ ਦੀ ਕੀਮਤ ਪੁੱਛੀ। ਕੰਪਨੀ ਦੇ ਸੇਲਜ਼ਮੈਨ ਨੇ ਮਹਾਰਾਜਾ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਤੁਸੀਂ ਇਸ ਨੂੰ ਨਹੀਂ ਖਰੀਦ ਸਕੋਗੇ। ਇਸ ਗੱਲ ਤੋਂ ਗੁੱਸੇ ਵਿੱਚ ਆਏ ਮਹਾਰਾਜਾ ਨੇ ਸ਼ੋਰੂਮ ਦੀਆਂ ਸਾਰੀਆਂ ਕਾਰਾਂ ਖਰੀਦੀਆਂ ਅਤੇ ਛੱਤਾਂ ਕਟਵਾ ਕੇ ਕੂੜਾ ਢੋਣ ਤੇ ਲਾ ਦਿੱਤੀਆਂ। ਜਿਵੇਂ ਹੀ ਕੰਪਨੀ ਤੱਕ ਇਹਨਾਂ ਕੀਮਤੀ ਕਾਰਾਂ ਦੀ ਇਸ ਦੁਰਦਸ਼ਾ ਦੀ ਕਹਾਣੀ ਪਹੁੰਚੀ, ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਸੇਲਜ਼ਮੈਨ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਹੋਏ ਗਲਤ ਸਲੂਕ ਲਈ ਮਹਾਰਾਜਾ ਸਾਹਿਬ ਤੋਂ ਮਾਫ਼ੀ ਮੰਗੀ। ਕੰਪਨੀ ਅਧਿਕਾਰੀਆਂ ਨੇ ਮਹਾਰਾਜਾ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰਕੇ ਇਹ ਕੂੜੇ ਲਈ ਲਗਾਈਆਂ ਕਾਰਾਂ ਵਾਪਿਸ ਦੇ ਦਿਓ ਅਤੇ ਅਸੀਂ ਤੁਹਾਨੂੰ ਇਹਨਾਂ ਤੋਂ ਵੀ ਕੀਮਤੀ ਕਾਰਾਂ ਤੋਹਫ਼ੇ ਵਜੋਂ ਦੇਵਾਂਗੇ, ਉਹ ਵੀ ਬਿਨਾਂ ਕੋਈ ਪੈਸਾ ਲਏ। ਦਰਅਸਲ ਭਾਰਤੀ ਮਹਾਰਾਜਿਆਂ ਨੂੰ ਰੋਇਲਸ ਰਾਇਜ ਕਾਰਾਂ ਨਾਲ ਮੋਹ ਅੰਗਰੇਜ਼ਾਂ ਨੂੰ ਦੇਖਦੇ ਹੋਏ ਪਿਆ ਅਤੇ ਮਹਾਰਾਜਾ ਭੁਪਿੰਦਰ ਸਿੰਘ ਕੋਲ ਰੋਇਲਸ ਰਾਇਜ ਕੰਪਨੀ ਦੀਆਂ 20 ਕਾਰਾਂ ਦਾ ਕਾਫਿਲਾ ਸੀ। ਮਹਾਰਾਜਾ ਭੁਪਿੰਦਰ ਸਿੰਘ ਦੀਆਂ ਇਹਨਾਂ ਗੱਲਾਂ ਨੂੰ ਜਾਣ ਕੇ ਹਰ ਇੱਕ ਵਿਅਕਤੀ ਦੇ ਮੂੰਹੋਂ ਸਹਿਜੇ ਨਿਕਲ ਜਾਂਦਾ ਹੈ ਕਿ ਅਸ਼ਕੇ ਜਾਈਏ ਮਹਾਰਾਜਾ ਭੁਪਿੰਦਰ ਸਿੰਘ ਦੀ ਸ਼ਾਹੀ ਜ਼ਿੰਦਗੀ ਦੇ।